ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਇਸ ਸੰਸਾਰ ਦੇ ਸ਼ੁਰੂ ਤੋਂ ਹੀ ਦੇਵੀ-ਦੇਵਤਿਆਂ ਤੇ ਗੁਰੂਆਂ ਨੇ ਆਪਣੇ ਚਮਤਕਾਰਾਂ ਨਾਲ ਭਗਤਾਂ ਅਤੇ ਸ਼ਰਧਾਲੂਆਂ ਦਾ ਬੇੜਾ ਪਾਰ ਕੀਤਾ ਹੈ ਅਜਿਹੇ ਮਹਿਮਾ ਦਾ ਵਰਣਨ ਅਸੀਂ ਕਈ ਵਾਰ ਸੁਣਿਆ ਹੈ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਹੋਣ ਵਾਲੀ ਚਮਤਕਾਰਾਂ ਨੂੰ ਵੀ ਕਈ ਵਾਰ ਸੁਣਿਆ ਹੈ ਕਈ ਸਿੱਖਾਂ ਦੀ ਹੱਡ ਬਿੱਤੀ ਹੈ ਕਈਆਂ ਨੇ ਸਾਨੂੰ ਦੱਸਿਆ ਹੈ ਕਿ ਕਿੱਥੋਂ-ਕਿੱਥੋਂ ਕਿੱਦਾਂ-ਕਿੱਦਾਂ ਮੁਸੀਬਤਾਂ ਤੋਂ ਬੇੜੇ ਪਾਰ ਕੀਤੇ ਹਨ ਇਹ ਕਥਾ ਵੀ ਇਹ ਵੱਡੇ ਨਗਰ ਦੀ ਹੈ ਅਤੇ ਇਸ ਨਗਰ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਲੋਕ ਰਹਿੰਦੇ ਸਨ ਸਾਰੇ ਧਰਮਾਂ ਦੇ ਲੋਕ ਉੱਥੇ ਰਹਿੰਦੇ ਸਨ ਸਾਰਿਆਂ ਨੇ ਆਪਣੇ-ਆਪਣੇ ਧੰਦੇ ਕਾਰੋਬਾਰ ਕੀਤੇ ਸਨ ਕਿਸੇ ਨੂੰ ਵੀ ਕਿਸੇ ਦੀ ਪਰਵਾਹ ਕੀਤੇ ਕਿੱਥੇ ਸੀ ਕਿਉਂਕਿ ਕਿਸੇ ਕੋਲ ਇੰਨਾ ਟਾਈਮ ਸਮਾਂ ਹੀ ਨਹੀਂ ਹੁੰਦਾ ਧਾਰਮਿਕ ਕੰਮਕਾਰਾਂ ਭਗਤੀ ਕੀਰਤਨ ਦਿਆ ਧਰਮ ਪਰਉਪਕਾਰ ਅਜਿਹੇ ਨੇਕ ਸੰਸਕਾਰ ਦੀ ਘਾਟ ਸੀ ਭ੍ਰਿਸ਼ਟਾਚਾਰ ਲੁੱਟਮਾਰ ਚੋਰ ਡਾਕੂਆਂ ਦਾ ਬੋਲਬਾਲਾ ਸੀ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਕੰਮ ਦੀ ਭਾਲ ਵਿੱਚ ਇਸ ਨਗਰ ਵਿੱਚ ਆਉਂਦੇ ਸਨ ਗਾਂਧੀ ਹਨ ਕੀ ਧਰਮ ਦੇ ਸਦ ਭਾਵਨਾ ਦਾ ਅੰਝ ਕਦੇ ਖਤਮ ਨਹੀਂ ਹੁੰਦਾ ਭਾਵ ਅਜਿਹੇ ਬੁਰੇ ਲੋਕਾਂ ਵਿੱਚ ਕੁਝ ਚੰਗੇ ਲੋਕ ਵੀ ਰਹਿੰਦੇ ਹਨ ਅਤੇ ਇੰਨੇ ਚੰਗੇ ਲੋਕ ਵੀ ਹਨ ਜੋ ਇੱਕ ਦੂਜੇ ਦੀ ਮਦਦ ਕਰਦੇ ਹਨ ਤੇ ਵੈਸੇ ਤਾਂ ਦੇਖਿਆ ਜਾਵੇ انسان ਦੀਆਂ ਇੱਛਾਵਾਂ ਦੀ ਕੋਈ ਹੱਦ ਨਹੀਂ ਹੁੰਦੀ ਜਿੰਨਾ ਕੋਲ ਤਨ ਆਉਂਦਾ ਜਾਂਦਾ ਰਹੇ ਉਹਨਾਂ ਹੀ ਬਹੁਤ ਵਧੀਆ ਉਸ ਦੀ ਇਹ ਹੈ ਤਨ ਦੀ ਦੌਲਤ ਪੂਰੀ ਕਰਨ ਦੀ ਚਾਹਤ ਹੁੰਦੀ ਹੈ ਤਾਂ ਕਿ ਸਾਡੇ ਕੋਲ ਤਨ ਦੌਲਤ ਬਹੁਤ ਜ਼ਿਆਦਾ ਹੋਵੇ ਤੇ ਅਸੀਂ ਬਹੁਤ ਅਮੀਰ ਬਣ ਜਾਈਏ ਇਹ ਹੀ ਸਭ ਦੀ ਮਨੋ ਕਾਮਨਾ ਹੁੰਦੀ ਹੈ ਪਰ ਕੁਝ ਲੋਕ ਐਸੇ ਵੀ ਨੇ ਜੋ ਤਨ ਤੋਂ ਜ਼ਿਆਦਾ ਪਰਮਾਤਮਾ ਨੂੰ ਚੰਗਾ ਸਮਝਦੇ ਹਨ ਕਿ ਪਰਮਾਤਮਾ ਦਾ ਨਾਮ ਲਿਆ ਹੈ ਹੁਣ ਸਾਡਾ ਬੇੜਾ ਪਾਰ ਹੋ ਜਾਵੇਗਾ ਇਹ ਹੀ ਕਥਾ ਇੱਕ ਇਹੋ ਜਿਹੀ ਪਰਿਵਾਰ ਦੀ ਹੈ ਇੱਕ ਭੈਣ ਦੀ ਹੈ ਜੋ ਕਿ ਉਸ ਦਾ ਪਤੀ ਬੇਰੁਜ਼ਗਾਰ ਸੀ ਉਸ ਕੋਲ ਕੋਈ ਕੰਮ ਨਹੀਂ ਸੀ ਬੇਰੁਜ਼ਗਾਰ ਹੋਣ ਦੇ ਕਰਕੇ ਭੈਣ ਨੂੰ ਖੁਦ ਕੰਮ ਤੇ ਜਾਣਾ ਪੈਂਦਾ ਉਹ ਕੰਮ ਕਾਜ ਕਰਦੀ ਦਿਨ ਦੇ ਕੰਮ ਕਾਜ ਤੋਂ ਵੇਲੀ ਹੋ ਕੇ ਘਰੇ ਆਂਦੀ ਫਿਰ ਉਸ ਨੂੰ ਘਰ ਦਾ ਵੀ ਸਾਰਾ ਕੰਮ ਕਰਨਾ ਪੈਂਦਾ ਉਸ ਭੈਣ ਦੇ ਦੋ ਬੱਚੇ ਸਨ ਅਤੇ ਪਤੀ ਬੇਰੁਜ਼ਗਾਰ ਸੀ ਬੇਰੋਜ਼ਗਾਰ ਤੇ ਸੀ ਪਰ ਉਹ ਕੋਈ ਕੰਮ ਵੀ ਨਹੀਂ ਕਰਦਾ ਸੀ ਕੰਮ ਮਿਲਦਾ ਵੀ ਤੇ ਮਨ ਲਾ ਕੇ ਕੰਮ ਨਾ ਕਰਨਾ ਭੈਣ ਜਿੰਨਾ ਕੁ ਕਰਦਾ ਕੰਮ ਕਰਕੇ ਬਾਹਰ ਜਿੰਨਾ ਕੁ ਪੈਸੇ ਲੈਂਦੀ ਸੀ ਉਸ ਨਾਮ ਮਸਾਂ ਨੂੰ ਇੱਕ ਡੰਗ ਦੀ ਰੋਟੀ ਦਾ ਹੀ ਸਰਦਾ ਸੀ ਉਹ ਭੈਣ ਬਹੁਤ ਨਿਰਾਸ਼ ਸੀ ਕਿ हे ਪ੍ਰਮਾਤਮਾ ਇਹੋ ਜਿਹੇ ਦਿਨ ਦਿਖਾਣ ਨਾਲੋਂ ਤਾਂ ਜ਼ਿੰਦਗੀ ਹੀ ਨਾ ਦਿੰਦਾ ਇਹੋ ਜਿਹੇ ਮਾਰੇ ਦਿਨ ਸਾਨੂੰ ਕਿਉਂ ਦੇਖਣੇ ਪੈਂਦੇ ਹਨ ਦੇਖੋ ਜੀ ਕਰਮਾਂ ਦਾ ਲੇਖਾ ਜੋਖਾ ਇੱਥੇ ਹੀ ਭੁਗਤਣਾ ਪੈਂਦਾ ਹੈ ਜੇ ਕੋਈ ਚੰਗੇ ਕਰਮ ਕਰਦਾ ਹੈ ਤੇ ਉਸ ਦੇ ਕਰਮ ਚੰਗੇ ਹੁੰਦੇ ਹਨ ਤੇ ਜੇ ਕੋਈ ਮਾੜੇ ਕਰਮ ਕਰਦਾ ਹੈ ਤਾਂ ਉਸ ਦੇ ਮਾੜੇ ਹੀ ਕੀਤੇ ਅੱਗੇ ਆਉਂਦੇ ਹਨ ਪਰ ਬੱਚੇ ਵੀ ਸੀ ਉਸ ਭੈਣ ਦੇ ਉਹ ਕੀ ਕਰਦੀ ਮਜ਼ਦੂਰੀ ਕਰਕੇ ਬੱਚਿਆਂ ਨੂੰ ਪੜ੍ਹਾਉਂਦੀ ਬੱਚੇ ਚਲੋ ਮਾਂ ਦੇ ਨਾਲ ਬਹੁਤ ਵਧੀਆ ਤਰ੍ਹਾਂ ਰਹਿੰਦੇ ਮਾਂ ਦਾ ਕਹਿਣਾ ਮੰਨਦੀ ਪੜ੍ਹ ਲਿਖ ਕੇ ਉਹ ਚਾਹੁੰਦੇ ਸਨ ਕਿ ਅਸੀਂ ਵੀ ਕਿਸੇ ਕੰਮ ਲੱਗੇ ਤਾਂ ਕਿ ਅਸੀਂ ਆਪਣੀ ਮਾਂ ਦਾ ਹੱਥ ਵਟਾ ਸਕੀ। ਬੱਚੇ ਬਹੁਤ ਹੀ ਆਗਿਆਕਾਰੀ ਸਨ। ਤੇ ਪਿਤਾ ਇੱਕ ਤਾਂ ਬੇਰੁਜ਼ਗਾਰ ਤੇ ਹੁਣ ਉਹ ਕੋਈ ਕੰਮ ਵੀ ਨਹੀਂ ਕਰਦਾ ਸੀ ਤੇ ਉਹ ਗਲਤ ਕੰਮਾਂ ਵਿੱਚ ਪੈ ਗਿਆ ਸੀ। ਉਹ ਪਹਿਲਾਂ ਤਾਂ ਕੰਮ ਥੋੜਾ ਬੁੱਤ ਜਦੋਂ ਮਿਲਦਾ ਜਾਂ ਕਰਦਾ ਉਸ ਦੀ ਦਾਰੂ ਪੀ ਲੈਂਦਾ ਤੇ ਹੁਣ ਬਿਲਕੁਲ ਹੀ ਨਿਠੱਲਾ ਜਿਹਾ ਹੋ ਗਿਆ। ਕੰਮ ਦਿੱਤਾ ਬਿਲਕੁਲ ਉਸ ਨੂੰ ਹੈ ਹੀ ਨਹੀਂ ਸੀ ਕਿ ਮੈਂ ਕੰਮ ਕਰਨਾ ਹੈ ਜਾਂ ਨਹੀਂ ਬਸ ਇਦਾਂ ਹੀ ਫਿਰ ਟੁਰ ਕੇ ਟਾਈਮ ਪਾਸ ਕਰ ਲੈਣਾ ਤੇ ਜਦੋਂ ਵੀ ਦੇਖੋ ਘਰ ਵਿੱਚ ਲੜਾਈ ਝਗੜਾ ਰਹਿਣਾ ਪੈਸੇ ਦੀ ਤੰਗੀ ਕਰਕੇ ਲੜਾਈ ਝਗੜਾ ਵੀ ਘਰਾਂ 'ਚ ਆਮ ਹੀ ਹੁੰਦਾ ਹੈ ਅਸੀਂ ਵੀ ਇਸ ਘਰ ਦੀ ਜਾਣਕਾਰੀ ਸੁਣਿਆ ਵੀ ਜਿਹੋ ਜਿਹੇ ਹਾਲਾਤ ਇਹਨਾਂ ਨੇ ਦਿਨ गुਜ਼ਾਰੇ ਬਹੁਤ ਹੀ ਦੁਖਦਾਇਕ ਹੈ ਕਦੀ ਇੱਕ ਡੰਗ ਦਾ ਖਾ ਲੈਣਾ ਤੇ ਦੂਜੇ ਡੰਗ ਦੀ ਚਿੰਤਾ ਹੋਣੀ ਕਿ ਹੁਣ ਕੀ ਕਰਾਂਗੇ ਐਵੇਂ ਹੀ ਉਹ ਭੈਣ ਨੇ ਇੱਕ ਇੱਕ ਸੇਠ ਦੇ ਘਰ ਕੰਮ ਕਰਨ ਲੱਗ ਪਈ ਉਸ ਸੇਠ ਦੀ ਘਰ ਵਾਲੀ ਬਹੁਤ ਹੀ ਪਾਠ ਪੂਜਾ ਕਰਦੀ ਹੁੰਦੀ ਸੀ ਪਾਠ ਵੱਲ ਬਹੁਤ ਧਿਆਨ ਕਰਦੀ ਜਦੋਂ ਵੀ ਇਹ ਉਹਨਾਂ ਦੇ ਘਰ ਜਾਂਦੀ ਉਹ ਭੈਣ ਗੁਟਕਾ ਸਾਭ ਲੈ ਕੇ ਪਾਠ ਕਰਦੀ ਹੁੰਦੀ ਇਹ ਇਨਾਂ ਨੇ ਪੁੱਛ ਹੀ ਲਿਆ ਕਿ ਭੈਣ ਜੀ ਵੀ ਮਾਲਕਨ ਜੀ ਤੁਸੀਂ ਇੰਨਾ ਪੂਜਾ ਪਾਠ ਕਰਦੇ ਹੋ ਤਾਂ ਹੀ ਤਾਂ ਤੁਹਾਡਾ ਜੀਵਨ ਇੰਨਾ ਸਫਲ ਹੈ ਤੇ ਉਸ ਨੇ ਉਹਨਾਂ ਨੇ ਦੱਸਿਆ ਕਿ ਤੂੰ ਵੀ ਪਾਠ ਕਰਨਾ ਸ਼ੁਰੂ ਕਰ ਦੇ ਉਹਨਾਂ ਨੇ ਆਪਣੇ ਪੱਲਿਓ ਆਪਣੇ ਪੈਸੇ ਦਾ ਗੁਟਕਾ ਸਾਹਿਬ ਲਿਆ ਕੇ ਦਿੱਤਾ ਤਾਂ ਕਿ ਉਹ ਵੀ ਭੈਣ ਪਾਠ ਕਰ ਸਕੇ ਚਲੋ ਇਨਾਂ ਕਤ ਨਹੀਂ ਉਹ ਪੰਜਾਬੀ ਤਾਂ ਪੜ ਸਕਦੀ ਸੀ ਇੰਨਾ ਕੋ ਤੋਂ 5-6 ਕਲਾਸਾਂ ਤੱਕ ਪੜ੍ਹੀ ਸੀ ਉਹ ਦੱਸਦੇ ਹਨ ਕਿ ਅਸੀਂ ਮੈਂ ਪੰਜਾਬੀ ਦੀ ਜਾਣਕਾਰੀ ਰੱਖਦੀ ਹਾਂ ਮੈਂ ਪੰਜਾਬੀ ਪੜ੍ਹ ਲੈਣੀ ਆ ਉਹਨਾਂ ਨੇ ਉਹਨਾਂ ਦੇ ਤਰਸ ਖਾ ਕੇ ਉਹਨਾਂ ਨੂੰ ਗੁਟਕਾ ਸਾਹਿਬ ਲਿਆ ਕੇ ਦਿੱਤਾ ਇਹ ਬਹੁਤ ਪੁੰਨ ਦਾ ਕੰਮ ਹੁੰਦਾ ਹੈ ਗੁਟਕਾ ਸਾਹਿਬ ਕਿਸੇ ਨੂੰ ਲਿਆ ਕੇ ਦੇਣਾ ਕਿਸੇ ਨੂੰ ਧਾਰਮਿਕ ਕੰਮਾਂ ਵੱਲ ਜੋੜਨਾ ਸਭ ਤੋਂ ਵੱਡਾ ਪੁੰਨ ਹੈ ਕਿਸੇ ਨੂੰ ਪਰਮਾਤਮਾ ਦੇ ਪ੍ਰਤੀ ਜਾਗਰੂਕ ਕਰਨਾ ਇਹ ਬਹੁਤ ਪੁੰਨ ਦਾ ਕੰਮ ਹੈ ਉਹਨਾਂ ਨੇ ਉਸ ਬੈਨ ਨੂੰ ਗੁਟਕਾ ਸਾਹਿਬ ਲਿਆ ਕੇ ਦਿੱਤਾ ਉਹ ਪੰਸ ਵੀਰੀ ਉੱਠਦੀ ਜਪਜੀ ਸਾਹਿਬ ਦਾ ਪਾਠ ਕਰਦੀ ਉਹ ਕਹਿੰਦੇ ਹਨ ਕਿ ਮੈਂ ਜਦੋਂ ਲਗਾਤਾਰ 10 ਦਿਨ ਤੱਕ ਜਪਜੀ ਸਾਹਿਬ ਦਾ ਪਾਠ ਕੀਤਾ ਮੈਨੂੰ ਐਵੇਂ ਲੱਗਦਾ ਸੀ ਕਿ ਮੇਰੇ ਸਰੀਰ ਤੋਂ ਮੇਰੇ ਮਨ ਤੋਂ ਅੱਧੀ ਟੈਨਸ਼ਨ ਦੂਰ ਹੋ ਗਈ ਮੈਨੂੰ ਐਵੇਂ ਲੱਗਦਾ ਕਿ ਪ੍ਰਮਾਤਮਾ ਨੇ ਮੇਰੀ ਬਾਹ ਫੜ ਲਈ ਹੈ ਮੈਨੂੰ ਐਵੇਂ ਲੱਗਦਾ ਕਿ ਪ੍ਰਮਾਤਮਾ ਮੇਰੇ ਅੰਗ ਸੰਗ ਸਹਾਈ ਹੈ ਜਦੋਂ ਬੰਦਾ ਪੂਰੀ ਨਿਸ਼ਟਾ ਨਾਲ ਦੁਖੀ ਹਿਰਦੇ ਦੇ ਵਿੱਚੋਂ ਵੀ ਪਰਮਾਤਮਾ ਦਾ ਨਾਮ ਲੈਂਦਾ ਹੈ ਤੇ ਪਰਮਾਤਮਾ ਆਪਣੇ ਭਗਤ ਦਾ ਸਬਰ ਸਿੱਧਕ ਪਰਖ ਕੇ ਉਸ ਦੇ ਲਈ ਜਲਦੀ ਹੀ ਸਹਾਇਕ ਹੋ ਜਾਂਦਾ ਹੈ ਜਿਵੇਂ ਕਈ ਵਾਰ ਸੁਣਿਆ ਹੁੰਦਾ ਹੈ ਕਿ ਤੁਸੀਂ ਇਹਨੇ ਪਾਠ ਕਰ ਲੋ ਤੁਹਾਡੀ ਆ ਇੱਛਾ ਪੂਰੀ ਹੋ ਜਾਵੇਗੀ ਇਵੇਂ ਹੀ ਗਰਮ ਚੱਕਰ ਇਵੇਂ ਹੀ ਹੁੰਦਾ ਹੈ ਕਿ ਅਸੀਂ ਜਿੰਨੇ ਕੁ ਪਾਠ ਕਰਨੇ ਹੋਣ ਸਾਡੀ ਉਹ ਹੋ ਜਾਣ ਪ੍ਰਮਾਤਮਾ ਆਪਣੇ ਆਪ ਹੀ ਸਹਾਇ ਹੋ ਜਾਂਦਾ ਹੈ ਅਸੀਂ ਦਿਨ ਰਾਤ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਤੇ ਪ੍ਰਮਾਤਮਾ ਆਪਣੇ ਅੰਗ ਸੰਗ ਹੋ ਜਾਂਦਾ ਹੈ ਉਹ ਭੈਣ ਨੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਉਹਨਾਂ ਨੂੰ ਉਹਨਾਂ ਨੇ ਦੂਜਾ ਸੁਖਮਨੀ ਸਾਹਿਬ ਦਾ ਵੀ ਗੁਟਕਾ ਸਾਭ ਲਿਆ ਕੀਤਾ ਉਹ ਭੈਣ ਸਾਰਾ ਦਿਨ ਘਰਾਂ ਵਿੱਚ ਕੰਮ ਕਰਦੀ ਸੀ ਤੇ ਜਦੋਂ ਉਹਨਾਂ ਕੋ ਗੁਟਕਾ ਸਾਹਿਬ ਆਏ ਉਹਨਾਂ ਨੇ ਘਰ ਵਿੱਚ ਇੱਕ ਕਮਰੇ ਦੇ ਵਿੱਚ ਹੀ ਬਾਬਾ ਜੀ ਦੀ ਛੋਟੀ ਜੀ ਲੱਕੜੀ ਦੀ ਮੰਦਰ ਜਿਹਾ ਵਾਂਗੂ ਕਾ ਛੋਟਾ ਜਿਹਾ ਉਹ ਬਣਵਾਇਆ ਪੂਜਾ ਘਰ ਤੇ ਉਸ ਵਿੱਚ ਗੁਟਕਾ ਸਾਹਿਬ ਰੱਖ ਕੇ ਤੇ ਧੰਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਗਾਈ ਫੋਟੋ ਲਗਾ ਕੇ ਉਹ ਗੁਟਕਾ ਸਾਹਿਬ ਉੱਥੇ ਰੱਖ ਦਿੰਦੇ ਸਵੇਰੇ ਸਾਜਰੀ ਤੜਕੇ ਵੇਲੇ ਉੱਠ ਕੇ ਉਹ ਭੈਣ ਪਾਠ ਕਰਦੀ ਦਿਨੇ ਸਾਰਾ ਦਿਨ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਥੱਕ ਜਾਂਦੀ ਪਰ ਫਿਰ ਵੀ ਰਾਤ ਨੂੰ ਸੌਣ ਵੇਲੇ ਪਰਮਾਤਮਾ ਦਾ ਸ਼ੁਕਰ ਕਰਦੀ ਕਿ ਪਰਮਾਤਮਾ ਮੈਨੂੰ ਚੰਗੇ ਬੰਨੇ ਲਾਇਆ ਹੈ ਮੇਰਾ ਰੁਜ਼ਗਾਰ ਚਲਾਇਆ ਹੈ ਮੈਂ ਆਪਣੇ ਹੱਥਾਂ ਦੀ ਦਸਾਂ ਨੋਹਾਂ ਦੀ ਕੀਰਤ ਕਮਾਈ ਕਰਕੇ ਆਪਣੇ ਬੱਚਿਆਂ ਨੂੰ ਪਾਲਦੀ ਹਾਂ ਬਹੁਤ ਦੁਖੀ ਵੀ ਹੁੰਦੀ ਕਿਉਂਕਿ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਬੰਦਾ ਥੱਕ ਟੁੱਟ ਜਾਂਦਾ ਹੈ ਤੇ ਹਾਰ ਨੂੰ ਮੰਜੀ ਲੱਭਦਾ ਹੈ ਕੀ ਹੁਣ ਸੋ ਜਾਈਏ ਬਸ ਇਨੀ ਕੁ ਅਰਦਾਸ ਕਰਦੀ ਪਰਮਾਤਮਾ ਜੀ ਉਹ ਕੁਝ ਸਾਲ ਬੀਤ ਗਏ ਤੇ ਉਹਨਾਂ ਦੇ ਬੱਚੇ ਵੀ ਹੁਣ ਜਵਾਨ ਹੋ ਗਏ ਹੁਣ ਭੈਣ ਹੋਰ ਬਡੇਰਾ ਕੰਮ ਕਰਦੀ ਘਰੇ ਕੰਮ ਲਿਆ ਕੇ ਕਰਨ ਲੱਗ ਪਏ ਉਹਨਾਂ ਦੀ ਬੇਟੀ ਬੱਤੇ ਵੀ ਉਹਨਾਂ ਦੇ ਸਹਾਇਕ ਹੋ ਗਏ ਜਦੋਂ ਪਤੀ ਦੇਖਦਾ ਕਿ ਮੇਰੀ ਔਰਤ ਇਕੱਲੀ ਜਨਾਨੀ ਨੇ ਇੰਨਾ ਕੰਮ ਸਹਾਰਿਆ ਹੈ ਤਾਂ ਮੈਂ ਕਿਉਂ ਨਾ ਉਨਾਂ ਦਾ ਪਤੀ ਵੀ ਉਹਨਾਂ ਦਾ ਸਾਥ ਦਿੰਦਾ ਪੂਰਾ ਪਰਿਵਾਰ ਮਿਲ ਜੁਲ ਕੇ ਉਹ ਕੰਮ ਕਰਦੇ ਪੈਸੇ ਕਮਾਉਂਦੇ ਤੇ ਹੁਣ ਉਹਨਾਂ ਦੀ ਘਰ ਦੀ ਹਾਲਤ ਵੀ ਠੀਕ ਹੋ ਗਈ ਸੀ ਫਿਰ ਉਹ ਭੈਣ ਉਹਨਾਂ ਨੂੰ ਕਹਿਣ ਲੱਗੇ ਕਿ ਭੈਣ ਜੀ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਇੱਕ ਵਾਰ ਮੈਂ ਵੀ ਜਾਣਾ ਚਾਹਨੀ ਹਾਂ ਮੈਨੂੰ ਵੀ ਇੱਕ ਵਾਰ ਦਰਸ਼ਨ ਕਰਵਾ ਲਿਆਓ ਬਾਬਾ ਦੀਪ ਸਿੰਘ ਜੀ ਦੀ ਜਗ੍ਹਾ ਤੇ ਉਹਨਾਂ ਨੇ ਗੱਡੀ ਦਾ ਕਿਰਾਇਆ ਤਾਂ ਕਿੱਥੋਂ ਦੇਣਾ ਸੀ ਕਿਉਂਕਿ ਉਹ ਬਹੁਤ ਗਰੀਬ ਸੀ ਉਨਾਂ ਨੇ ਕਿਹਾ ਕਿ ਅਗਲੀ ਵਾਰ ਇੱਥੋਂ ਫ੍ਰੀ ਬੱਸ ਜਾਣੀ ਹੈ ਮੈਂ ਤੁਹਾਡੇ ਨਾਲ ਚਲਾਂਗੀ ਤੁਸੀਂ ਵੀ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰ ਆਇਓ ਤੇ ਚੁਪੈਰਾ ਸਾਹਿਬ ਘਟ ਆਇਓ ਉਸ ਪੈਨ ਜਦੋਂ ਉੱਥੇ ਗਈ ਅੱਖਾਂ ਵਿੱਚ ਹੰਝੂ ਦਿਲ ਵਿੱਚ ਬਹੁਤ ਹੀ ਤਕਲੀਫ ਸੀ ਪਹਿਲਾਂ ਤਾਂ ਗੁਰਦੁਆਰੇ ਸਾਹਿਬ ਬੜਦੇ ਹੀ ਭੁੱਬਾ ਮਾਰ ਕੇ ਰੋਣ ਲੱਗ ਪਈ ਕਿ ਮੈਨੂੰ ਪਰਮਾਤਮਾ ਇੱਥੇ ਤੱਕ ਲਿਆਇਆ ਹੈ ਤੇਰਾ ਬਹੁਤ ਸ਼ੁਕਰੀਆ ਰੱਬ ਨੂੰ ਜਦ ਦੁੱਖ ਬੰਦਾ ਦੱਸਦਾ ਹੈ ਤਾਂ ਬਹੁਤ ਦੁਖੀ ਹੁੰਦਾ ਹੈ ਤਾਂ ਹੀ ਪਰਮਾਤਮਾ ਵੀ ਸੁਣਦਾ ਹੈ। ਥੋੜਾ ਚਿਰ ਉਹਨਾਂ ਨੇ ਉਥੇ ਭਾਂਡਿਆਂ ਦੀ ਸੇਵਾ ਕੀਤੀ, ਸੇਵਾ ਕਰਨ ਲੱਗ ਪਈ। ਫਿਰ ਦੁਪਹਿਰਾ ਸਾਹੀ 12 ਤੋਂ 4 ਵਜੇ ਤੱਕ ਦੁਪਹਿਰਾ ਸਾਹੀ ਉਹਨਾਂ ਨੇ ਕੱਟਿਆ। ਬਹੁਤ ਹੀ ਮਨ ਨੂੰ ਆਨੰਦ ਮਿਲਿਆ, ਸ਼ਾਂਤੀ ਮਿਲੀ ਤੇ ਪਰਮਾਤਮਾ ਦਾ ਸ਼ੁਕਰ ਆਦਾ ਕੀਤਾ। ਉੱਥੋਂ ਉਹਨਾਂ ਨੇ ਜੋਤ ਥੋੜੇ ਜਿ ਕੁਝ ਕੋ ਪੈਸਿਆਂ ਦਾ ਕਿਉ ਜੋਤ ਵਿੱਚ ਪਾਇਆ ਤੇ ਥੋੜਾ ਜਿਹਾ ਕਿਉ ਉੱਥੋਂ ਲੈ ਆਏ। ਉਨਾਂ ਨੇ ਘਰੇ ਜੋਤ ਜਗਾਉਣੀ ਸ਼ੁਰੂ ਕਰ ਦਿੱਤੀ ਘਰ ਵਿੱਚ ਜਦੋਂ ਪਰਮਾਤਮਾ ਦੇ ਨਾਮ ਦੀ ਜੋਤ ਜਗ ਜਾਵੇ ਤਾਂ ਉਹ ਘਰ ਜਗਮਗਾ ਉੱਠਦਾ ਹੈ ਉਸ ਘਰ ਵਿੱਚ ਪੱਕੀ ਬਰਕਤ ਆ ਜਾਂਦੀ ਹੈ ਤਰੱਕੀਆਂ ਦੇ ਰਾਹ ਖੁੱਲ ਜਾਂਦੇ ਹਨ ਇੱਕ ਵਾਰ ਸਿਰਫ ਉਸ ਪਰਮਾਤਮਾ ਦੇ ਨਾਮ ਦੀ ਲੋੜ ਹੈ ਬਸ ਸੱਚੇ ਦਿਲੋਂ ਵਾਹਿਗੁਰੂ ਦਾ ਸ਼ੁਕਰ ਕਰਨ ਦੀ ਲੋੜ ਹੈ ਜਦੋਂ ਉਹ ਪੈਂ ਜੋਤ ਜਗਾਂਦੇ ਘਰ ਦਾ ਮਾਹੌਲ ਵੀ ਠੀਕ ਹੋ ਗਿਆ ਸੀ ਪਤੀ ਨੂੰ ਵੀ ਕੰਮ ਵਧੀਆ ਲੱਭ ਗਿਆ ਸੀ ਹੁਣ ਸਾਰੇ ਹੀ ਟੱਬਰ ਪੈਸੇ ਕਮਾਉਂਦਾ ਸਾਰੇ ਹੀ ਟੱਬਰ ਮਿਲ-ਜੁਲ ਕੇ ਬਹੁਤ ਵਧੀਆ ਇਨਕਮ ਹੋਣ ਲੱਗ ਪਈ ਖੁਸ਼ ਰਹਿਣ ਲੱਗ ਪਏ ਦਿਨ ਬਦ ਲੱਗੇ ਪਰ ਜੋ ਪਹਿਲਾਂ ਉਹਨਾਂ ਨੇ ਦਿਨ ਕੱਤੇ ਸੀ ਉਹ ਵੀ ਬਹੁਤ ਦੁਖੀ ਸੀ ਉਹਨਾਂ ਨੂੰ ਚੇਤਾ ਰੱਖ ਕੇ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਉਸ ਪੈਨ ਨੂੰ ਰੁਜ਼ਗਾਰ ਮਿਲਿਆ ਕੰਮ ਕਾਜ ਮਿਲਿਆ ਘਰ ਵਿੱਚ ਸੁੱਖ ਸੰਪਤੀ ਵੀ ਹੋਈ ਤੇ ਹੁਣ ਉਹਨਾਂ ਨੇ ਆਪਣਾ ਘਰ ਲੈ ਲਿਆ ਜਦੋਂ ਉਹਨਾਂ ਨੇ ਆਪਣਾ ਘਰ ਲੈ ਲਿਆ ਤੇ ਉਹਨਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਘਰ ਵਿੱਚ ਸੰਗਤ ਦੇ ਪੈਰ ਪਵਾਏ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਹੁਣ ਉਹਨਾਂ ਨੂੰ ਆਪਣਾ ਘਰ ਮਿਲ ਗਿਆ ਸੀ ਤੇ ਘਰ ਵਿੱਚ ਫਿਰ ਵੀ ਉਹ ਮਿਹਨਤ ਕਰਦੇ ਕਿਉਂਕਿ ਮਿਹਨਤ ਤਾਂ ਹਰ ਰੋਜ਼ ਬੰਦੇ ਨੂੰ ਕਰਨੀ ਚਾਹੀਏ ਮਿਹਨਤ ਕਰਨ ਨਾਲ ਹੀ ਸਾਰੇ ਕੰਮ ਸਫਲ ਹੋ ਜਾਂਦੇ ਹਨ ਇਸੇ ਤਰ੍ਹਾਂ ਉਸ ਭੈਣ ਦੀ ਇਹ ਹੱਦ ਬੀਤੀ ਹੈ ਫਿਰ ਉਹ ਘਰ ਵਿੱਚ ਹੀ ਚੁਪਹਿਰਾ ਸਾਹਿਬ ਕਰਨ ਲੱਗ ਪਏ ਤੇ ਜਦੋਂ ਉਹਨਾਂ ਨੂੰ ਟਾਈਮ ਮਿਲਦਾ ਗੁਰਦੁਆਰਾ ਸਾਹਿਬ ਜ਼ਰੂਰ ਜਾਂਦੇ ਹਾਜ਼ਰੀ ਭਰਦੇ ਪਰਮਾਤਮਾ ਦਾ ਸ਼ੁਕਰ ਕਰਦੇ ਕਿ ਹੇ ਪਰਮਾਤਮਾ ਕੱਖਾਂ ਤੋਂ ਲੱਖਾਂ ਤੱਕ ਕਰਨ ਵਾਲਾ ਤੂੰ ਹੀ ਹੈ ਹੇ ਮੇਰੇ ਪਿਤਾ ਹੇ ਮੇਰੇ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘੋ ਤੁਹਾਡੇ ਚਰਨਾਂ 'ਚ ਕੋਟ-ਕੋਟ ਪ੍ਰਣਾਮ ਹੇ ਬਾਬਾ ਦੀਪ ਸਿੰਘ ਜੀ ਤੁਸੀਂ ਮੈਨੂੰ ਇੱਥੇ ਤੱਕ ਪਹੁੰਚਾ ਦਿੱਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ